ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਮੋਹਾਲੀ ਵਿੱਚ ਡੇਂਗੂ ਵਿਰੋਧੀ ਜਾਗਰੂਕਤਾ ਫੈਲਾਉਣ ਸੰਬੰਧੀ ਕਰਾਏ ਗਏ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਉਹਨਾਂ ਡੇਂਗੂ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਵੀ ਵਿਖਾਈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਸਿਹਤ ਵਿਭਾਗ ਲੋਕਾਂ ਦੇ ਸਹਿਯੋਗ ਨਾਲ ਸੂਬੇ ਨੂੰ ਡੇਂਗੂ ਮੁਕਤ ਬਣਾਏਗਾ। ਸੂਬੇ ਵਿੱਚ ਨਸ਼ਿਆਂ ਦੇ ਖਾਤਮੇ ਸੰਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਬ੍ਰਹਮ ਮਹਿੰਦਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨਸ਼ੇ ਦੇ ਖਾਤਮੇ ਲਈ ਬਜਟ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਨਸ਼ੇ ਦੀ ਸਪਲਾਈ ਲਾਈਨ 95% ਤੱਕ ਕਰ ਦਿੱਤੀ ਗਈ ਹੈ। ਉਹਨਾਂ ਨਸ਼ਾ ਛੁਡਾਉਣ ਲਈ ਆ ਰਹੇ ਨੌਜਵਾਨਾਂ ਲਈ ਸੂਬੇ ਵਿੱਚ ਨਸ਼ਾ ਛੁਡਾਓ ਕੇਂਦਰਾਂ ਪ੍ਰਤੀ ਵੀ ਖਾਸ ਧਿਆਨ ਦੇਣ ਦੀ ਗੱਲ ਕਹੀ। ਡਰੱਗ ਫਰੀ ਕਰਨਾ ਪੰਜਾਬ ਨੂੰ ਕੈਪਟਨ ਸਾਹਿਬ ਨੇ ਜਿਹੜੀ ਸਹੁੰ ਖਾਧੀ ਹੋਈ ਹੈ। ਉਸ ਤੋਂ ਬਾਅਦ ਇੱਕ ਹੋਇਆ ਕਿ ਜਿਹੜੀ ਸਪਲਾਈ ਲਾਈਨ ਸੀ ਉਹ ਟੋਟਲ ਬ੍ਰੇਕ ਹੋ ਚੁੱਕੀ ਹੈ, 95% ਦੇ ਕਰੀਬ ਬ੍ਰੇਕ ਹੋ ਚੁੱਕੀ ਹੈ। ਬਾਕੀ ਵੀ ਮੈਨੂੰ ਲੱਗਦਾ ਕਿ ਹੋਰ 2-4 ਦਿਨਾਂ ਸਾਰਾ ਬ੍ਰੇਕ ਹੋ ਜਾਣਾ। ਉਸ ਤੋਂ ਬਾਅਦ ਜਿਹੜੇ ਡਰੱਗ ਅਡਿਕਟ ਹੈਗੇ ਆ ਉਹਨਾਂ ਨੂੰ ਜਿਹੜੀ ਉਹਨਾਂ ਦੀ ਜਿਹੜੀ ਉਹਨਾਂ ਨੂੰ ਡੀਟੋਕਸੀਫਾਈ ਕਰਨਾ ਉਹਦੀ ਜਿਹੜੀ ਤਿਆਰੀ ਹੈਗੀ ਆ ਉਹ ਅਸੀਂ ਉਹਨੂੰ ਸੋਚਦੇ ਹਾਂ ਕਿ ਜਿਹੜੀ ਵੀਕਲੀ ਆ 10 ਡੇਜ਼ ਸੀਗੀ ਉਹਨੂੰ ਡੇਲੀ ਬੇਸਿਸ 'ਤੇ ਅਸੈਸ ਕੀਤਾ ਜਾਏ।